ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਦੀ 20ਵੀਂ ਵਰਸੀ ਮਨਾਈ ਗਈ ਹੈ। ਕਾਂਗਰਸ ਦੇ ਸੀਨੀਅਰ ਲੀਡਰ ਪਹੁੰਚੇ ਨੇ, ਮਹਿੰਦਰ ਸਿੰਘ ਕੇਪੀ ਜੋ ਕਾਂਗਰਸ ਦੇ ਸੀਨੀਅਰ ਲੀਡਰ ਨੇ, ਬੈਂਸ ਸਿੰਘ ਦੀ ਕੈਬਨਿਟ 'ਚ ਵੀ ਹੋ ਰਹੇ ਨੇ, ਸਾਡੇ ਨਾਲ ਨੇ। ਸਰ, ਤੁਹਾਡੀਆਂ ਇੰਨੀਆਂ ਯਾਦਾਂ ਉਸ ਟਾਈਮ ਦੀਆਂ ਜਿਨ੍ਹਾਂ ਦੇ ਉੱਤੇ ਹਮੇਸ਼ਾ ਉਹ ਪਹਿਰਾ ਦਿੰਦੇ ਸੀ, ਜੋ ਮੈਸੇਜ ਨੇ ਅੱਜ ਵੀ ਸਮਾਜ ਲਈ? ਸਰ, ਬੈਂਸ ਸਿੰਘ ਵਰਗਾ ਵਿਅਕਤੀ ਜਿਹੜਾ ਨਾ ਜੀ, ਉਹ ਦੁਬਾਰਾ ਪੈਦਾ ਨਹੀਂ ਹੋ ਸਕਦਾ। ਜਿਨ੍ਹਾਂ ਉਹਨਾਂ ਦੀ ਜੀਵਨ ਦੇ ਵਿੱਚ ਸਪਸ਼ਟ ਸੀ, ਉਹ ਜਿਨ੍ਹਾਂ ਅੰਦਰੋਂ ਸਾਫ਼ ਸੀਗੇ, ਜਿਨ੍ਹਾਂ ਬਾਹਰੋਂ ਸਾਫ਼ ਸੀ, ਇੱਕੋ ਜਿਹੇ ਸੀਗੇ। ਔਰ ਮੈਨੂੰ ਫਖਰ ਹੈ ਕਿ ਉਹਨਾਂ ਨਾਲ ਮੈਨੂੰ ਬਤੌਰ ਪਾਰਟੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਔਰ ਜਦੋਂ ਉਹਨਾਂ ਨੇ ਪੰਜਾਬ ਦੇ ਸਰਕਾਰ ਬਣਾਈ ਤੇ ਉਹ ਮੁੱਖ ਮੰਤਰੀ ਬਣੇ, ਮੈਂ ਉਹਨਾਂ ਦੇ ਨਾਲ ਮਿਨਿਸਟਰ ਰਿਹਾ। ਜਲੰਧਰ ਦੇ ਵਿੱਚ ਸਾਡੀ ਕੰਸਟੀਚੁਐਂਸੀ ਐਡਜਾਇਨਿੰਗ ਕੰਸਟੀਚੁਐਂਸੀ ਜੀ, ਜਲੰਧਰ ਕੈਂਟ ਤੋਂ ਉਹ ਲੜੇ ਤੇ ਜਲੰਧਰ ਸਾਊਥ ਤੋਂ ਮੈਂ ਲੜਦਾ ਹੁੰਦਾ ਸੀ। ਤੋ ਇਸ ਕਰਕੇ ਇੱਕ ਤਾਂ ਸਰਦਾਰ ਬੈਂਸ ਸਿੰਘ ਬੜੇ ਸਪਸ਼ਟਵਾਦੀ ਸੀ, ਮੇਰੇ ਪਿਤਾ ਜੀ ਦੇ ਨਾਲ ਉਹ MLA ਰਹੇ, ਮਿਨਿਸਟਰ ਰਹੇ, ਇੱਕ ਪਰਿਵਾਰਕ ਸਾਂਝ ਸੀ। ਔਰ ਉਸ ਤੋਂ ਨਾਲ ਪਾਰਟੀ ਦੇ ਨਾਲ ਇੱਕ ਪੁਖਤਾ ਸਾਂਝ ਸੀ। ਔਰ ਜੋ ਪੰਜਾਬ ਦੇ ਵਿੱਚ ਉਸ ਵੇਲੇ ਟੈਰਰਿਜ਼ਮ ਚੱਲ ਰਿਹਾ ਸੀ, ਜਿਸ ਨੂੰ ਖਤਮ ਕਰਨ ਦਾ ਸ਼੍ਰੇ ਸਰਦਾਰ ਬੈਂਸ ਸਿੰਘ ਨੂੰ ਮਿਲਿਆ। ਉਸ ਤੋਂ ਪਹਿਲਾਂ ਭਾਰਤ ਦੀ ਸਰਕਾਰ ਨੇ ਬੜੇ ਤਜਰਬੇ ਕੀਤੇ, ਬੜੇ ਗਵਰਨਰ ਆਏ। ਫਿਰਕਾ ਪ੍ਰਸਤੀ ਉਦੋਂ ਵੀ ਵੱਡਾ ਇਸ਼ੂ ਸੀ, ਫਿਰਕਾ ਪ੍ਰਸਤੀ ਅੱਜ ਵੀ ਵੱਡਾ ਇਸ਼ੂ, ਕਾਂਗਰਸ ਪਾਰਟੀ ਬੀਜੇਪੀ ਤੇ ਸਵਾਲ ਉਠਾ ਰਹੀ ਹੈ। ਤੁਹਾਨੂੰ ਕੀ ਲੱਗਦਾ ਫਿਰਕਾ ਪ੍ਰਸਤੀ ਨੂੰ ਲੈ ਕੇ ਵੱਡਾ ਮੈਸੇਜ ਕੀ ਹੋਵੇ? ਦੇਖੋ, ਸਰਦਾਰ ਬੈਂਸ ਸਿੰਘ ਨੇ ਫਿਰਕਾ ਪ੍ਰਸਤੀ ਦੇ ਖਿਲਾਫ ਇਹ ਇੱਕ ਜੰਗ ਜਿਹੜੀ ਵਿੱਢੀ ਸੀਗੀ। ਔਰ ਜਦੋਂ ਕੋਈ ਵੀ ਜਿਹੜਾ ਇਜ਼ਮ ਚੱਲਦਾ, ਚਾਹੇ ਉਹ ਫੰਡਾਮੈਂਟਲਿਜ਼ਮ ਹੋਵੇ, ਚਾਹੇ ਉਹ ਫਿਰਕਾ ਪ੍ਰਸਤੀ ਦਾ ਅੱਜ ਹਿੰਦੂਤਵ ਚੱਲ ਰਿਹਾ, ਉਸ ਵੇਲੇ ਬੜਾ ਇੱਕ ਧਰਮ ਨੂੰ ਆੜ ਬਣਾ ਕੇ ਜਿਹੜੀ ਦੇਸ਼ ਦੇ ਵਿੱਚ ਲੋਕ ਜਿਹੜੀ ਹੈ ਸਿਆਸਤ ਕਰਨੀ ਚਾਹੁੰਦੇ ਆ ਜਾਂ ਅਲਗਾਵਾਦ ਪੈਦਾ ਕਰਨਾ ਚਾਹੁੰਦੇ ਆ, ਉਹਨਾਂ ਦੇ ਖਿਲਾਫ਼ ਸਰਦਾਰ ਬੈਂਸ ਸਿੰਘ ਨੇ ਇੱਕ ਬਹੁਤ ਵੱਡਾ ਕਰੜਾ ਸੰਦੇਸ਼ ਦਿੱਤਾ ਸੀ। ਔਰ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ, ਉਹਨਾਂ ਨੇ ਜੋ ਕਾਨੂੰਨ ਉਸ ਵੇਲੇ ਸੀਗਾ ਉਹਦੇ ਮੁਤਾਬਕ ਲਿਮਿਟਿਡ ਪਾਵਰਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਲਿਆਂਦੀ, ਔਰ ਆਪਣੇ ਸਾਰੇ ਸਾਥੀਆਂ ਨੂੰ ਉਹ ਹਮੇਸ਼ਾ ਨਾਲ ਲੈ ਕੇ ਚੱਲ